ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਮੈਂ ਉਮੀਦ ਕਰਨਾ ਤੁਸੀਂ ਖਰੀਅਤ ਨਾ ਹੋਗੇ, ਔਰ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਸਦਾ ਖੁਸ਼ ਰੱਖੇ ਔਰ ਸਾਨੂੰ ਸਾਰਿਆਂ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ, ਆਮੀਨ। ਤੋ ਅਲਹਮਦੁਲਿਲਾ ਜੀ, ਮਾਸ਼ਾ ਅੱਲਾਹ, ਸਾਡਾ ਕੁਰਬਾਨੀ ਦਾ ਜਾਨਵਰ ਊਂਟ, ਔਰ ਇਹਦਾ ਨਾਮ ਰੱਖਿਆ ਤਾ ਜਨਾਬ ਨਵਾਬ। ਔਰ ਜਨਾਬ ਤਕਰੀਬਨ ਕੁਛ ਦਿਨ ਰਹਿ ਗਏ ਨਾ, ਆਖਰੀ ਦਿਨ ਨਵਾਬ ਦੀ ਖਿਦਮਤ ਕਰ ਰਿਹਾ ਜਿੰਨੀ ਹੋ ਸਕਦੀ ਹੈ। ਤੋ ਜਨਾਬ ਇਹਨੂੰ ਮੈਂ ਲੈ ਕੇ ਆਇਆ ਜੇ ਬਾਹਰ ਚਰਾਉਣ। ਜਨਾਬ ਮਾਸ਼ਾ ਅੱਲਾਹ ਬੜਾ ਜ਼ਬਰਦਸਤ ਚਾਰਾ ਖਾ ਰਿਹਾ। ਚਲੋ ਜੀ, ਮਾਸ਼ਾ ਅੱਲਾਹ ਨਵਾਬ ਨੂੰ ਪਾਣੀ ਪਿਆਇਆ, ਥੋੜ੍ਹਾ ਜਿਹਾ ਚਾਰਾ ਖਾਣ ਤੋਂ ਬਾਅਦ ਇਹਨੂੰ ਪਿਆਸ ਲੱਗ ਗਈ ਸੀ ਔਰ ਰੂਟਰ ਚਾ ਰਿਹਾ, ਉੱਥੋਂ ਪਾਣੀ ਪਿਆਇਆ। ਔਰ ਵੈਸੇ ਤਾਂ ਨਵਾਬਾਂ ਦੇ ਬਹੁਤ ਜ਼ਿਆਦਾ ਨਾਜ਼ ਨਖਰੇ ਹੁੰਦੇ ਨੇ, ਲੇਕਿਨ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਹੈ ਕਿ ਸਾਡਾ ਨਵਾਬ ਜਿਹੜਾ ਨੇ ਉਹਦੇ ਕੋਈ ਨਾਜ਼ ਨਖਰੇ ਨਹੀਂ, ਬਹੁਤ ਹੀ ਸ਼ਰੀਫ ਹੈ। ਔਰ ਜਿਹੜੀ ਚੀਜ਼ ਇਹਨੂੰ ਪਾਈਏ ਨੇ, ਯਾਨੀ ਕਿ ਜਿਹੜਾ ਵੀ ਚਾਰਾ ਪਾਈਏ ਉਹ ਖਾ ਲੈਂਦਾ, ਨਾ ਨਹੀਂ ਕਰਦਾ। ਤੋ ਮਾਸ਼ਾ ਅੱਲਾਹ ਬਹੁਤ ਹੀ ਸ਼ਰੀਫ ਹੈ, ਔਰ ਬੜਾ ਜ਼ਬਰਦਸਤ ਜਨਾਬ ਚਾਰਾ ਖਾ ਰਿਹਾ ਮਾਸ਼ਾ ਅੱਲਾਹ। ਔਰ ਇਹਨੂੰ ਅੱਛੀ ਤਰ੍ਹਾਂ ਚਾਰਾ ਖਿਲਾ ਕੇ, ਯਾਨੀ ਕਿ ਰਜਾ ਕੇ, ਅਤੇ ਫਿਰ ਇਨਸ਼ਾਅੱਲਾ ਇਹਨੂੰ ਕਿਸੇ ਠੰਡੀ ਜਗ੍ਹਾ 'ਤੇ, ਯਾਨੀ ਕਿ ਛਾਂ ਦੇ ਵਿੱਚ ਜਿਹੜਾ ਨੇ ਬੰਨੇ ਆ। ਇਹ ਲਾਲ ਹੈ ਜਿਹੜੀ ਜੜੀ ਨਜ਼ਰ, ਇਹ ਜੜੀ ਹੈ ਨਾ, ਇਹ ਬਹੁਤ ਸ਼ੌਕ ਨਾਲ ਖਾ ਰਿਹਾ। ਲਓ ਜੀ, ਦਰੱਖਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸ਼ੌਕ ਨਾਲ ਸ਼ਰੀਂ ਦਾ ਪੌਦਾ, ਸ਼ਰੀਂ ਦਾ ਦਰੱਖਤ ਜਿਹੜਾ ਨੇ ਉਹਦੇ ਪੱਤੇ ਖਾਂਦਾ ਸ਼ੌਕ ਨਾਲ। ਜ਼ਿਆਦਾ ਨਹੀਂ ਖਿਲਾਵਾਂਗੇ, ਥੋੜ੍ਹੇ ਜਿਹੇ ਜਿਹੜਾ ਨੇ ਖਿਲਾ ਲਾਂਗੇ ਇਹਨੂੰ, ਕਿਉਂਕਿ ਉਹਦਾ ਸ਼ੌਕ ਪੂਰਾ ਹੋ ਜੇ। ਜ਼ਿਆਦਾਤਰ ਸਾਡਾ ਨਵਾਬ ਜਿਹੜਾ ਨਾ ਸੁੱਕਾ ਚਾਰਾ ਪਸੰਦ ਕਰਦਾ, ਔਰ ਹਰਾ ਚਾਰਾ ਜਿਹੜਾ ਨਾ ਉਹ ਇੰਨਾ ਸ਼ੌਕ ਨਾਲ ਨਹੀਂ ਖਾਂਦਾ ਜਿੰਨਾ ਸੁੱਕਾ ਚਾਰਾ ਸ਼ੌਕ ਨਾਲ ਖਾਂਦਾ। ਇਹ ਦੇਖ ਸਕਦੇ ਤੁਸੀਂ, ਇਹ ਗੰਦਮ ਦਾ ਵੱਡ ਹੈ, ਔਰ ਇੱਥੋਂ ਗੰਦਮ ਦੇ ਤਨੇ ਜਿਹੜੇ ਨੇ ਉਹ ਖਾ ਰਿਹਾ, ਸੁੱਕੇ ਦੇ ਤਨੇ। ਲਓ ਜੀ, ਹੁਣ ਮੈਂ ਇੱਕ ਖੇਤ ਦੇ ਵਿੱਚ ਆਇਆ, ਕਮਾਦ ਦੇ ਖੇਤ ਦੇ ਵਿੱਚ, ਯਾਨੀ ਕਿ ਗੰਨੇ ਦੀ ਫਸਲ ਹੈ ਜਿੱਥੇ, ਔਰ ਇਹ ਖੇਤ ਦਾ ਐਂਡ ਹੋ ਚੁੱਕਾ, ਯਾਨੀ ਕਿ ਗੰਨੇ ਦੀ ਫਸਲ ਜਿਹੜੀ ਆ ਉਹ ਖਤਮ ਹੋ ਗਈ ਹੈ। ਔਰ ਇਸ ਖੇਤ ਦੇ ਵਿੱਚ ਜਨਾਬ ਇਹ ਜਿਹੜੀ ਜੜੀ ਹੈ ਨਾ, ਇਹ ਬਹੁਤ ਹੀ ਜਨਾਬ ਸ਼ੌਕ ਨਾਲ ਖਾਂਦਾ ਹੈ ਸਾਡਾ ਨਵਾਬ ਨੂੰ। ਤੋ ਇੱਥੇ ਜਨਾਬ ਇਹਨੂੰ ਘੜੀ ਚਰਾਵਾਂਗੇ ਤਾਂ ਕਿ ਅੱਛੀ ਤਰ੍ਹਾਂ ਜਿਹੜਾ ਨਾ ਆਪਣੀ ਮਰਜ਼ੀ ਦੀ ਗਾਸ ਜਿਹੜਾ ਨਾ ਖਾ ਲਿਆ। ਇਹਦੇ ਵਿੱਚ ਸੁੱਕਾ ਚਾਰਾ ਵੀ ਹੈ ਔਰ ਹਰਾ ਚਾਰਾ ਵੀ ਹੈ।
ਚਲੋ ਜੀ ਅਲਹਮਦੁਲਿਲਾ ਨਵਾਬ ਨੂੰ ਚਰਾ ਕੇ ਔਰ ਦਰਖਤ ਦੀ ਠੰਡੀ ਛਾਂ ਥੱਲੇ ਜਨਾਬ ਬੰਨ ਦਿੱਤਾ ਔਰ ਮਾਸ਼ਾਅੱਲਾ ਬੈਠ ਗਿਆ ਔਰ ਸਕੂਨ ਘਰ ਰਿਹਾ ਮਜ਼ੇ ਘਰ ਰਿਹਾ ਮਾਸ਼ਾਅੱਲਾ। ਚਲੋ ਜੀ ਅੱਛੀ ਖਾਸੀ ਧੁੱਪ ਲੱਗ ਗਈ ਹੈ ਔਰ ਹੁਣ ਕਰਾਂਗੇ ਸੋਲਰ ਪੰਪ ਆਨ। ਤਕਰੀਬਨ ਅਜੇ 8 ਦਾ ਟਾਈਮ ਹੋਇਆ ਔਰ ਮਾਸ਼ਾਅੱਲਾ ਸੋਲਰ ਪੰਪ ਜਿਹੜਾ ਉਹਨੇ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੈ ਮਾਸ਼ਾਅੱਲਾ ਅਲਹਮਦੁਲਿਲਾ। ਔਰ ਸੁਬਹਾ ਤਕਰੀਬਨ 8 ਵਜੇ ਸਟਾਰਟ ਹੁੰਦਾ ਹੈ ਔਰ 5:30 ਵਜੇ ਤੱਕ ਮਾਸ਼ਾਅੱਲਾ ਸਹੀ ਸੋਲਰ ਪੰਪ ਜਿਹੜਾ ਉਹ ਪਾਣੀ ਕੱਢਦਾ। ਮਾਸ਼ਾਅੱਲਾ ਜੀ ਜਿਹੜੀ ਸੁਪਰ ਦੀ ਪਨੀਰੀ ਤੁਹਾਡੇ ਭਾਈ ਨੇ ਕਾਸ਼ਤ ਕੀਤੀ ਸੀ ਯਾਨੀ ਥੋੜ੍ਹੇ ਦਿਨ ਪਹਿਲੇ ਉਹ ਵੀ ਮਾਸ਼ਾਅੱਲਾ ਨਿਕਲ ਆਈ ਅਲਹਮਦੁਲਿਲਾ ਮਾਸ਼ਾਅੱਲਾ। ਸਭ ਤੋਂ ਪਹਿਲੇ 09 ਜਿਹੜੀ ਹੈ ਉਹ ਮਾਸ਼ਾਅੱਲਾ ਕਾਸ਼ਤ ਕੀਤੀ ਸੀ ਔਰ ਉਹ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਕਿਹੜੀ ਕਿਹੜੀ ਵੱਡੀ ਹੋ ਗਈ ਹੈ ਮਾਸ਼ਾਅੱਲਾ। ਔਰ ਸੁਪਰ ਦੀ ਵੀ ਨਾਲ ਹੀ ਕਾਸ਼ਤ ਕੀਤੀ ਸੀ ਲੇਕਿਨ ਉਹ ਨਹੀਂ ਉੱਗੀ ਉਹ ਦੁਬਾਰਾ ਰਾਈ ਸੀ ਔਰ ਇਸ ਵਾਸਤੇ ਇਹ ਛੋਟੀ ਹੈ ਔਰ ਇਹ ਮਾਸ਼ਾਅੱਲਾ ਕਾਫੀ ਵੱਡੀ ਹੋ ਗਈ ਹੈ ਅਲਹਮਦੁਲਿਲਾ। ਲਓ ਜੀ ਇਹ ਖੇਤ ਹੈ ਜਿਸ ਖੇਤ ਨੂੰ ਤੁਹਾਡੇ ਭਾਈ ਨੇ ਪਾਣੀ ਲਗਾਇਆ ਦਾ ਇਹ ਚਾਰਾ ਪਹਿਲੇ ਦਾ ਕਾਸ਼ਤ ਕੀਤੇ ਦਾ ਮਾਸ਼ਾਅੱਲਾ ਇਹਨੂੰ ਕੱਲ੍ਹ ਪਾਣੀ ਲਗਾਇਆ ਸੀ ਕਾਫੀ ਵੱਡਾ ਵੱਡਾ ਹੋ ਗਿਆ ਮਾਸ਼ਾਅੱਲਾ ਔਰ ਅੱਜ ਇਹਨੂੰ ਪਾਣੀ ਲਗਾਇਆ ਦਾ ਇਹ ਤਕਰੀਬਨ ਕੋਈ 2 ਹਫ਼ਤੇ ਹੋਇਆ ਕਾਸ਼ਤ ਕੀਤੇ ਦੇ ਆ ਔਰ ਮਾਸ਼ਾਅੱਲਾ 2 ਕਿਆਰੇ ਜਿਹੜੇ ਨੇ ਸੰਜੋਗੇ ਨੇ ਬਲਕਿ 3ਰਾ ਵੀ ਜਿਹੜਾ ਨੇ ਉਹ ਵੀ ਸੰਜੋਗ ਆ ਪਾਣੀ ਲੱਗ ਗਿਆ ਇਹਨੂੰ ਹੁਣ ਅੱਗੋਂ ਜਨਾਬ 4ਥੇ ਕਿਆਰੇ ਦੇ ਵਿੱਚ ਜਿਹੜਾ ਨੇ ਪਾਣੀ ਖੋਲ੍ਹਨੇ ਆ ਔਰ ਮਾਸ਼ਾਅੱਲਾ ਸੋਲਰ ਦਾ ਪਾਣੀ ਮਾਸ਼ਾਅੱਲਾ ਬੜਾ ਜ਼ਬਰਦਸਤ ਆ ਰਿਹਾ। ਗਰਮੀ ਬਹੁਤ ਜ਼ਿਆਦਾ ਹੈ ਔਰ ਹੁਣ ਜਨਾਬ ਨਵਾਬ ਨੂੰ ਠੰਡੇ ਪਾਣੀ ਨੂੰ ਨਹਲਾਉਂਗੇ ਤਾਂ ਕਿ ਫਰੈਸ਼ ਹੋ ਜਾਵੇ ਥੋੜ੍ਹਾ ਜਿਹਾ। ਬਸ ਅਸੀਂ ਇਹਨੂੰ ਵੈਸੇ ਨਹਲਾਇਆ ਸਾਬਣ ਸਰਫ ਵਗੈਰਾ ਸ਼ੈਂਪੂ ਕੋਈ ਨਹੀਂ ਲਗਾਇਆ ਅਗਲੇ ਦਿਨ ਕੁਛ ਦਿਨ ਪਹਿਲੇ ਸ਼ੈਂਪੂ ਨਾਲ ਨਹਲਾਇਆ ਸੀ ਲੇਕਿਨ ਅੱਜ ਇਹਨੂੰ ਵੈਸੇ ਹੀ ਠੰਡੇ ਪਾਣੀ ਨਾਲ ਜ਼ਰਾ ਠੰਡਾ ਕੀਤਾ ਤਾਂ ਕਿ ਫਰੈਸ਼ ਹੋ ਜਾਵੇ।
ਲੋ ਜੀ ਥੋੜ੍ਹੀ ਦੇਰ ਤੱਕ ਇਹਨੂੰ ਚਰਾਉਂਦੇ ਹਾਂ, ਫਿਰ ਇਨਸ਼ਾਅੱਲਾ ਇਹਦੇ ਵਾਸਤੇ ਫਰੈਸ਼ ਚਾਰਾ ਜਿਹੜਾ ਨਾ ਉਹ ਵੀ ਕੱਟ ਕੇ ਲਿਆਵਾਂਗੇ, ਉਹ ਵੀ ਇਨਸ਼ਾਅੱਲਾ ਇਹਦੇ ਅੱਗੇ ਪਾਵਾਂਗੇ। ਲਓ ਜੀ ਇਹਨੂੰ ਫਿਰ ਤੋਂ ਜਿਹੜਾ ਨਾ ਪਾਣੀ ਮਾਰਨੀ ਪਏਗਾ, ਸਾਰਾ ਗੰਦਾ ਹੋ ਗਿਆ, ਖੇਤ ਦੇ ਵਿੱਚ ਵਿਲਦਾ ਪਿਆ ਸੀ, ਸ਼ਾਇਦ ਇਹਨੂੰ ਕੋਈ ਮੱਖੀ ਸ਼ੱਖੀ ਜਿਹੜੀ ਆ ਉਹ ਲੜ ਰਹੀ ਹੈ। ਬਸ ਬਸ ਕਲੋ ਭਾਈ ਛੱਡਿਓ ਨਾ, ਛੱਡਿਓ ਰੱਸੀ ਤੁਸੀਂ ਫੜੋ, ਲੋ ਖਲੋ ਖਲੋ। ਲਓ ਜੀ ਮੈਂ ਤੇ ਬਕੰਡਾ ਭਾਈ ਘਰ ਲੈ ਕੇ ਜਾ ਰਿਹਾ, ਦੇਖੀ ਬਸ 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 ਮਸਤੀ ਕਰ ਰਿਹਾ ਮਸਤੀ। ਸਵਾਦ ਹੀ ਆ ਤੇ ਭੂਤਰ ਗਿਆ ਅੱਜ, ਉਹ ਬਚ ਕੇ ਬਚ ਕੇ ਬਚ ਕੇ ਛੱਡਿਓ ਛੱਡੀ ਨਾ। ਬਸ 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 ਓ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੈਠ ਗਿਆ। ਸ਼ੁਕਰ ਹੈ ਯਾਰ ਬਹਿ ਗਿਆ, ਮੈਂ ਤੇ ਅੱਖਾਂ ਭਾਵੇਂ ਛਡੋਈਏ। ਲਓ ਜੀ ਬਹੁਤ ਜ਼ਿਆਦਾ ਗਰਮੀ ਸੀ ਔਰ ਹੁਣ ਹਵਾ ਚੱਲਣ ਡਿਆ ਪਿਆ, ਲੱਗਦਾ ਤੂਫਾਨ ਆ ਗਿਆ। ਔਰ ਆਪ ਨੂੰ ਅਸੀਂ ਬਹੁਤ ਮੁਸ਼ਕਲ ਕੰਮ ਕੀਤਾ, ਔਰ ਜਿਸ ਦਿਨ ਦਾ ਅਸੀਂ ਲੈ ਕੇ ਆਇਆ ਕਲੋ ਭਾਈ ਪਹਿਲੇ ਦਿਨ ਹੀ ਇਸ ਤਰ੍ਹਾਂ ਕੀਤਾ ਇਹਨੇ, ਲਿਖਿਆ ਵਾਲਾ ਮੈਂ ਤੇ ਆਖਾਂ ਜੀ ਜੀ, ਲੇਕਿਨ ਇਹ ਹੈ ਕਿ ਉਸ ਦਿਨ ਦਾ ਨਹੀਂ ਕੀਤਾ, ਅੱਜ ਪਹਿਲੇ ਦਿਨ ਹੀ ਇਸ ਤਰ੍ਹਾਂ ਕੀਤਾ। ਉਹ ਮੈਂ ਤੇ ਆਖਾਂ ਜਨਾਬ ਛਡੋ ਗਿਆ, ਲੇਕਿਨ ਇਹ ਹੈ ਕਿ ਮੁਕੱਲੋ ਭਾਈ ਨੇ ਅਸੀਂ ਰੱਸੀ ਨਹੀਂ ਛੱਡੀ, ਔਰ ਉਹਦੀ ਅਸੀਂ ਜਨਾਬ ਆਖਾਂ ਜਨਾਬ ਬੰਨ ਦਿੱਤਾ, ਔਰ ਹੁਣ ਜਨਾਬ ਥੋੜ੍ਹਾ ਜਿਹਾ ਜਿਹੜਾ ਸੈੱਟ ਹੋ ਗਿਆ, ਉਹਨਾਂ ਨੂੰ ਥੋੜ੍ਹਾ ਜਨਾਬ ਫਿਰ ਇੱਕ ਦਫ਼ਾ ਚਰਾ ਕੇ ਨਾ ਅਤੇ ਫਿਰ ਘਰ ਲੈ ਕੇ ਜਾਣਾ। ਮਕਰਮ ਭਾਈ ਵੀ ਆ ਗਏ ਨੇ, ਮਕਰਮ ਭਾਈ ਅੱਗੇ ਭੂਤਰ ਗਿਆ ਸੀ ਨਵਾਬ ਤੁਹਾਡਾ, ਮਸਾਂ ਕਾਬੂ ਕੀਤਾ ਛੱਡੋ ਚੱਲਾ ਸੀ, ਸਹੀ ਗੱਲ ਹੈ, ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ।
ਚਲੋ ਜੀ, ਕੁਛ ਚਾਰਾ ਨਵਾਬ ਨੂੰ ਮੈਂ ਇੱਥੇ ਡਾਲ ਦਿੱਤਾ ਬਾਹਰ, ਔਰ ਕੁਛ ਚਾਰਾ ਰੱਖ ਲੈਂਦੇ ਹਾਂ ਜਦੋਂ ਰਾਤ ਨੂੰ ਹਵੇਲੀ ਬੰਨਾਂਗੇ ਨਾ, ਅਤੇ ਫਿਰ ਜਰਾਣਿਆਂ ਨੂੰ ਡਾਲ ਦਿੱਤਾ ਜਾਏਗਾ। ਔਰ ਸਾਬਤ ਚਾਰਾ ਜਿਹੜਾ ਨਾ ਉਹ ਬਹੁਤ ਹੀ ਸ਼ੌਕ ਨਾਲ ਖਾਂਦਾ, ਅਗਰ ਕੁਤਰਿਆ ਦਾ ਹੋਏ ਉਹ ਇੰਨੇ ਸ਼ੌਕ ਨਾਲ ਨਹੀਂ ਖਾਂਦਾ ਜਿੰਨੇ ਸ਼ੌਕ ਨਾਲ ਸਾਬਤ ਚਾਰਾ ਖਾਂਦਾ। ਔਰ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਬਰਦਸਤ ਖਾ ਰਿਹਾ ਮਾਸ਼ਾਅੱਲਾ। ਔਰ ਇੱਕ ਚੀਜ਼ ਦਾ ਖਿਆਲ ਰੱਖਿਓ, ਮਾਰਦਾ ਬਹੁਤ ਜ਼ਿਆਦਾ ਨੇ, ਜ਼ਰਾ ਬੱਚਿਆਂ ਕੋਲ ਜਿਹੜਾ ਬੱਚਿਆਂ ਨੂੰ ਦੂਰ ਹੀ ਰੱਖਿਓ। ਬਬਲੂ ਕੈਸੇ ਹੋ? ਚਲੋ ਜੀ, ਮੁਦੱਸਰ ਭਾਈ ਹੋਣਾਂ ਦੀ ਮਾਂ ਜਿਹੜੀ ਹੈ ਮੈਂ ਵਾਪਸ ਕਰ ਦਿੱਤੀ ਹੈ। ਬਬਲੂ ਜਿਹੜਾ ਅੱਜ ਸਾਡੇ ਕੋਲ ਜਾ ਰਿਹਾ, ਹੋਏ ਮੂਹੀ ਲੇਲਾ ਤੁਰ ਗਿਆ, ਬਬਲੂ ਤੁਰ ਗਿਆ ਮੂਹੀ। ਠੀਕ ਹੈ ਜੀ ਬਬਲੂ, ਬਹੁਤ ਮਿਸ ਕਰਾਂਗੇ ਜੀ। ਚਲੋ ਜੀ, ਅਲਹਮਦੁਲਿਲਾ ਨਵਾਬ ਨੂੰ ਜਨਾਬ ਹਵੇਲੀ ਬਣ ਕੇ ਉਹ ਚਾਰਾ ਜਿਹੜਾ ਬੱਚਿਆਂ ਦਾ ਸੀ ਉਹ ਡਾਲ ਦਿੱਤਾ। ਤਾਂ ਦੋਸਤੋ, ਅੱਜ ਦੀ ਸਾਰੀ ਦਿਹਾੜੀ ਦੀ ਜਿਹੜੀ ਹੈ ਮਸਰੂਫੀਆ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਨਵਾਬ ਕਿਸ ਤਰ੍ਹਾਂ ਖਾਂਦਾ, ਕਿਸ ਤਰ੍ਹਾਂ ਪੀਂਦਾ, ਸਾਰਾ ਪ੍ਰੋਸੈਸ ਜਿਹੜਾ ਤੁਹਾਨੂੰ ਦਿਖਾਇਆ। ਤਾਂ ਜਨਾਬ, ਦੁਆ ਹੈ ਕਿ ਅੱਲਾਹ ਤਾਲਾ ਜ਼ਾਤ ਸਾਡੀ ਔਰ ਤਮਾਮ ਮੁਸਲਮਾਨ ਭਾਈਆਂ ਦੀ ਕੁਰਬਾਨੀ ਜਿਹੜੀ ਹੈ ਆਪਣੀ ਬਾਰਗਾਹ 'ਤੇ ਕਬੂਲ ਫਰਮਾਏ। ਦੋਸਤੋ, ਐਸੀ ਤੁਹਾਡੇ ਭਾਈ ਦੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ, ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਆਈ ਹੋਏ ਤਾਂ ਇਹਨੂੰ ਪਹਿਲੇ ਹੀ ਤਰ੍ਹਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਉਨੀ ਦੇਰ ਤੱਕ ਮੁਅੱਜ਼ਮ ਸਲੀਮ ਨੂੰ ਇਜਾਜ਼ਤ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਭਾਈ ਨੂੰ ਦੁਆਵਾਂ ਯਾਦ ਰੱਖਿਓ। ਅੱਲਾਹ ਹਾਫਿਜ਼।